ਅੱਲਾ ਦੀ ਮਾਂ ਦਾ ਪੁੱਤ ਨਾਦਰੀ ਨਾਦਰੀ ਤੁਹਾਨੂੰ ਪਤਾ ਪਾਕਿਸਤਾਨ ਦੀ ਕਿੱਦਾਂ ਗਾਂਡ ਪੜੀ ਜਾ ਰਹੀ ਹੈ, ਇੰਡੀਆ ਦੇ ਲੰਨ ਪਾਕਿਸਤਾਨ ਦੇ ਵਿੱਚ ਆ ਕੇ ਸਾਡੀ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਵਿੱਚ ਵੜ ਰਹੇ ਨੇ। ਪਾਕਿਸਤਾਨ ਦਾ ਯੂਥ ਘਰੇ ਬੈਠਾ ਆਪਣੀ ਮਾਂ ਚਲਾਉਂਦਾ, ਭੈਣ ਦਾ ਲੋੜਾ ਕੁਛ ਨੀ ਕਰਦਾ। ਪਾਕਿਸਤਾਨ ਦਾ ਯੂਥ ਤਾਂ ਇੰਨਾ ਕਲਾਨਾ ਪੁੱਛੋ ਹੀ ਨਾ। ਆ ਪਿੱਛੇ ਜਿਹੇ ਮੈਨੂੰ ਇੱਕ ਫੋਨ ਆਇਆ ਕਾਂਡੂ ਦਾ ਕਰਾਚੀ ਤੋਂ, ਕਹਿੰਦਾ ਜਾਇਦ ਹਮੀਦ ਤੇਰੀ ਭੈਣ ਦੇ ਫੁੱਦੇ ਚੱਜ ਤੱਕ ਕਿੰਨੇ ਵਿਲਨ ਜਾ ਚੁੱਕਿਆ। ਮੈਂ ਕਿਹਾ ਮੇਰੀ ਭੈਣ ਦੇ ਫੁੱਦੇ ਤੋਂ ਤਕਰੀਬਨ 10 ਕੁ ਇੰਡੀਆ ਵਾਲਾ ਦਾ, 10 ਲੱਖ ਇੰਡੀਆ ਦਾ ਤੇ ਮੈਂ ਕਿਹਾ 5 ਕੁ ਲੱਖ ਯਹੂਦੀ ਤੇ 3 ਕੁ ਲੱਖ ਅਮਰੀਕਾ ਦੇ ਲੰਘ ਜਾ ਚੁੱਕਿਆ। ਉਹ ਕਹਿੰਦਾ ਮਹਾਰਾਜ ਮੇਰੀ ਕੁੜੀ ਦੇ ਫੁੱਦੇ ਦਾ 11 ਲੱਖ ਪਏ। ਮੈਂ ਕਿਹਾ ਭੈਣ ਚੋ ਤੂੰ ਤਾਂ ਸਾਲਿਆ ਮੇਰੀ ਕੁੜੀ ਨੂੰ ਪਿੱਛੇ ਹਟਤਾ, ਦੇਖ ਲਓ ਇੱਥੇ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਦੇ ਲੌਂਡੇ ਸਾਲੇ ਮੈਨੂੰ ਟੱਕਰ ਦੇਣ ਲੱਗ ਗਏ ਆ, ਇਹ ਮੇਰੀ ਭੈਣ ਦੇ ਫੁੱਦੇ ਦੇ ਹੂੰ ਪਿੱਛੇ ਹਟ ਕੇ ਅੱਗੇ ਲੰਘਣਾ ਚਾਹੁੰਦੇ ਆ, ਤਾਂ ਕਿ ਜਰਦਾਰੀ ਦੀ ਅੱਖਾਂ ਮੂਹਰੇ ਆਪਣੀ ਭੈਣ ਦੇ ਫੁੱਦੇ ਦੇ ਨੰਬਰ ਬਣਾ ਸਕਣ ਅਤੇ ਜਰਦਾਰੀ ਤੋਂ ਵਧੀਆ ਪੈਸੇ ਇਕੱਠੇ ਕਰ ਸਕਣ। ਅਮਰੀਕਾ ਨੇ ਜਰਦਾਰੀ ਨੂੰ ਵੀ ਤੱਲਾ ਬਣਾਇਆ, ਜਾਂ ਕੈਨੇਡਾ ਨੇ ਪ੍ਰਧਾਨ ਮੰਤਰੀ ਜਿਹੜਾ ਆਪਣੇ ਦੇਸ਼ ਦਾ ਲੌਂਡਾ ਗਿਲਾਨੀ ਉਹਨੂੰ ਬਣਾਇਆ ਹੋਇਆ। ਇਹ ਸਭ ਭੈਣ ਦੇ ਲੋੜੇ ਨੇ, ਸਭ ਪਾਕਿਸਤਾਨ ਨੂੰ ਲੁੱਟ ਰਹੇ ਨੇ, ਪਾਕਿਸਤਾਨ ਦੀ ਭੈਣਾਂ ਦੇ ਫੁੱਦੇ ਖਾ ਰਹੇ ਨੇ ਤੇ ਸਾਡੀਆਂ ਕਸ਼ਮੀਰ ਵਿੱਚ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਜਿੰਨੇ ਵੀ ਅੱਤਿਆਚਾਰ ਹੁੰਦੇ ਆ, ਜਿੰਨੇ ਵੀ ਸੱਪ ਸੁੱਪ ਜਾਂ ਹੋਰ ਕੋਈ ਚੀਜ਼ਾਂ ਵੜਦੀਆਂ ਨੇ, ਇਹਦੇ ਪਿੱਛੇ ਇੰਡੀਅਨ ਰਾਹ ਦਾ ਹੱਥ ਆ। ਇੰਡੀਅਨ ਰਾਹ ਸਾਡੀ ਸ਼ਰੇਆਮ ਪਾਕਿਸਤਾਨ ਦੇ ਵਿੱਚ ਹੀ ਬੁੰਡ ਮਾਰਦੀ ਹੈ। ਗਾਜੀ ਰਸ਼ੀਦ ਦੀ ਬੁੰਡ ਇੰਡੀਅਨ ਰਾਹ ਨੇ ਕਟਾਈ, ਮੁਸ਼ਰਫ ਦੀ ਬੁੰਡ 'ਚ ਉਹਨਾਂ ਨੇ ਡੰਡਾ ਇਹੋ ਜਿਹਾ ਦਿੱਤਾ ਵੀ ਮੁਸ਼ਰਫ ਨੇ ਗਾਜੀ ਰਸ਼ੀਦ ਨੂੰ ਕਿਹਾ ਵੀ ਜੇ ਤੂੰ ਪਾਕਿਸਤਾਨੀ ਮੁਸਲਮਾਨ ਕੁੜੀਆਂ ਜਿਹੜੀਆਂ ਤੇਰੇ ਮਦਰਸੇ 'ਚ ਨੇ ਉਹਨਾਂ ਨੂੰ ਇੰਡੀਆ ਦੇ ਲੈਣ ਨਾ ਦਵਾਏ ਤਾਂ ਤੇਰੇ ਮਦਰਸੇ 'ਤੇ ਹਮਲਾ, ਸਾਡੀਆਂ ਭੈਣਾਂ ਦੇ ਫੁੱਦੇ ਚੁੱਕਣਾ ਚੂਰ ਕੀਤੇ ਜਾ ਰਹੇ ਨੇ, ਸਾਡੀ ਭੈਣਾਂ ਦੇ ਫੁੱਦਿਆਂ 'ਚ ਲੰਨ ਪਾ ਪਾ ਕੇ ਮੁੜ ਕੇ ਭੰਗੜੇ ਪਾਏ ਜਾਂਦੇ ਨੇ, ਪੰਜਾਬ ਦੇ ਬੰਦੇ ਆਉਂਦੇ ਨੇ ਤੇ ਭੈਣ ਚੋਕ ਕੇ ਸਾਡੇ ਚਲੇ ਜਾਂਦੇ ਨੇ। ਪੰਜਾਬ ਦੇ ਬੰਦੇ ਕਹਿਣ ਤਾਂ ਮਤਲਬ ਮੇਰਾ ਇੰਡੀਆ ਪੰਜਾਬ ਜਿਹੜਾ ਇੱਥੇ ਪਾਕਿਸਤਾਨ ਦਾ ਪੰਜਾਬ ਤਾਂ ਗਾਂਡੂ ਆ, ਲੋੜਾ ਆ, ਉਹ ਤਾਂ ਲੰਨਾ ਭੈਣ ਦੇ ਲੋੜੇ ਨੇ। ਪਹਿਲਾਂ ਨੇ ਉਹ ਤਾਂ ਮਦਰਸੇ 'ਚ ਮੁੱਠ ਮਾਰਨ ਦੇ ਕੰਪੀਟੀਸ਼ਨ ਕਰਾਉਂਦੇ ਆ, ਭੈਣ ਦੇ ਯਾਰ ਆਪਣੀ ਭੈਣ ਦੀ ਫੁੱਦੀ ਵੜਵਾ ਕੇ ਹੀ ਸਾਰੇ ਈਦ ਦੀ ਟੋਪੀਆਂ ਲੈਂਦੇ ਨੇ, ਆਪਣੀ ਭੈਣ ਦੇ ਫੁੱਦਿਆਂ ਉੱਤੇ ਈਦ ਦੀਆਂ ਟੋਪੀਆਂ ਦੀ ਸੇਲ ਲਾਉਂਦੇ ਨੇ ਤੇ ਇੰਡੀਆ ਦੇ ਬੰਦੇ ਯਹੂਦੀ ਇੰਗਲੈਂਡ ਅਮਰੀਕਾ ਦੇ ਹੋਰ ਬੰਦੇ ਆ ਕੇ ਸਾਡੀ ਭੈਣਾਂ ਦੇ ਫੁੱਦਿਆਂ ਦੇ ਉੱਪਰ ਹੀ ਟੋਪੀਆਂ ਲੈਂਦੇ ਨੇ ਤੇ ਸਾਡੀ ਭੈਣਾਂ ਚੋਰਦੇ ਨੇ ਠਾਠਾ, ਕਹਿੰਦੇ 2 ਟੋਪੀਆਂ ਨਾਲ ਇੱਕ ਪਾਕਿਸਤਾਨੀ ਕੁੜੀ ਦਾ ਫੁੱਦਾ ਫਰੀ ਦੇ ਨਾਲ ਚੂਪੇ ਮਰੂਗੀ। ਜਾਇਦ ਹਮੀਦ ਦੀ ਕੁੜੀ ਤਾਂ ਹਮੇਸ਼ਾ ਫੁੱਦਾ ਬਰਾਉਂਡ 'ਚ ਨੰਬਰ ਬਣ ਰਹੀ ਆ, ਪਰ ਹੁਣ ਮੈਨੂੰ ਵੀ ਪਿੱਛੇ ਛੱਡਿਆ ਜਾ ਰਿਹਾ, ਹੱਲ ਕੀਤਾ ਜਾ ਰਿਹਾ ਪਾਕਿਸਤਾਨ ਦੀ ਗਾਂਢ ਦਾ ਤੇ ਲਾਉਂਦਾ ਜੂਥ ਘਰੇ ਬੈਠਾ ਮਾਂ ਚਲਾਉਂਦਾ ਆਪਣੀ। ਗਾਜੀ ਰਸ਼ੀਦ ਨੇ ਕਿਹਾ ਕਿ ਉਹਨੇ ਤਾਂ ਪਹਿਲਾਂ ਹੀ ਅਮਰੀਕਾ ਤੋਂ ਪੈਸੇ ਲਏ ਹੋਏ ਆ ਵੀ ਅਮਰੀਕਾ ਹੀ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਜਿੱਥੇ ਮਦਰਸੇ ਦੀਆਂ ਚੱਲਣ ਪਾਊਗਾ, ਤਾਂ ਮੁਸ਼ਰਫ ਗੁੱਸੇ ਜਾ ਗਿਆ ਤੇ ਵੀ ਬੁੰਡ ਕਟਾ ਦਿੱਤੀ, ਨਾਲ ਹੀ ਮੇਰੇ ਲੌਂਡੇ ਦੀ ਵੀ ਗਾਂਢ ਤੇ ਪਟਾ ਚੜਿਆ ਚੰਗਾ। ਸਾਡਾ ਹਾਮਿਦ ਕੁੱਲ ਦੀ ਮਾਂ ਦੀ ਫੁੱਦੀ 'ਚ ਵੜਦਾ ਬਾਮਾ ਦਾ ਰੋਲੇ ਵੀ ਮੇਰੀ ਭੈਣ ਚੋਦਣ ਦੇ ਲਈ ਇਹਨੇ ਕੁੜੀ ਚੋਦੋ ਬਾਮਾ ਨੂੰ ਫੋਨ ਕੀਤਾ ਵੀ ਜਾਇਦ ਹਮੀਦ ਦੀ ਭੈਣ ਦਾ ਪੋਸਟਾ ਕਾਫੀ ਵੱਡਾ, ਉਹਦੇ ਵਿੱਚ ਤੁਸੀਂ ਵੜਜੋ ਤੇ ਉਹ ਓਬਾਮਾ ਕਹਿ ਰਿਹਾ ਵੀ ਹੁਣ ਉਹ ਮੇਰੀ ਭੈਣ ਦੇ ਫੁੱਦੇ 'ਚ ਵੜਜੂਗਾ ਤੇ ਮੈਂ ਕਿਹਾ ਮੇਰੀ ਭੈਣ ਦੇ ਫੁੱਦੇ 'ਚ ਫਿਰ ਲੰਨ ਕਿੱਦਾਂ ਜਾਣਗੇ ਸਾਲੇ ਜੇ ਤੂੰ ਹੀ ਵੜ ਗਿਆ। ਇੱਦਾਂ ਦਾ ਹਾਲ ਹੈ ਪਾਕਿਸਤਾਨ ਦੀ ਗਾਂਢ ਦੀ, ਇਹ ਹਾਲਤ ਆ।